It's your body, Hari Baba. Behemte ne o lok jede behke shikwa karan mukadra naal te ugan wale ug pende ne sina paad ke pathran da te manjal de matthe de utte takhti lagdi unnan di jo karo bana ke turde nakshe apne safran de. Sashikal ji, main tuhanu dost Jagmeet Bharate ji Body Holy Baba channel dekh rahe sare darshakan da main bahut bahut swagat karda dosto. Ajj main tuhade layi bahut hi vadiya actor te comedian Gurpreet Ghuggi ji di biography leke hazir hoye ha, jinna ne is maqam nu hasil karan layi bahut mehnat te sangharsh kita, jinna ne apne parivar di mali sahayata karan layi 10vi class to baad 2 saal Kartarpur sab tahsil vikhe ik arji nawis de taur te sirf 7 rupaye de ਤੇ ਨੌਕਰੀ ਕੀਤੀ ਤੇ ਪਲੱਸ 1 ਪਲੱਸ 2 ਪ੍ਰਾਈਵੇਟ ਕੀਤੀ ਪਰ ਉਹਨਾਂ ਦਾ ਸੁਪਨਾ ਬਚਪਨ ਤੋਂ ਹੀ ਇੱਕ ਐਕਟਰ ਤੇ ਕਮੇਡੀਅਨ ਬਣਦਾ ਸੀ ਸੋ ਦੋਸਤੋ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੁਰਪ੍ਰੀਤ ਘੁੱਗੀ ਜੀ ਦੀ ਲਾਈਫ ਬਾਰੇ ਉਹਨਾਂ ਦੀ ਫੈਮਿਲੀ ਬਾਰੇ ਉਹਨਾਂ ਦੇ ਕੈਰੀਅਰ ਬਾਰੇ ਤੇ ਉਹ 7 ਰੁਪਏ ਦੀ ਦਿਹਾੜੀ ਤੇ ਅਰਜੀ ਨਵੀਸ ਦੀ ਨੌਕਰੀ ਤੋਂ ਲੈ ਕੇ ਪੰਜਾਬੀ ਸਿਨੇਮਾ ਤੇ ਕਮੇਡੀ ਦੇ ਬਾਦਸ਼ਾਹ ਕਿਵੇਂ ਬਣੇ ਇਸ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬੌੜੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਦੇ ਨਾਲ ਜੋ ਬੈਲ ਦਾ ਆਈਕਨ ਆ ਰਿਹਾ ਉਸ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਗੁਰਪ੍ਰੀਤ ਘੁੱਗੀ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਗੁਰਪ੍ਰੀਤ ਘੁੱਗੀ ਦਾ ਜਨਮ 19 ਜੂਨ 1971 ਨੂੰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਗੁਰਨਾਮ ਸਿੰਘ ਦੇ ਘਰ ਪਿੰਡ ਖੋਖਰ ਫੌਜੀਆਂ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਵਿਖੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਤੇ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਵੜੈਚ ਰੱਖਿਆ ਪਰ ਪੰਜਾਬੀ ਫਿਲਮ ਇੰਡਸਟਰੀ ਵਿੱਚ ਅਸੀਂ ਸਾਰੇ ਉਹਨਾਂ ਨੂੰ ਗੁਰਪ੍ਰੀਤ ਘੁੱਗੀ ਦੇ ਨਾਮ ਨਾਲ ਹੀ ਜਾਣਦੇ ਹਾਂ ਘੁੱਗੀ ਨਾਮ ਉਹਨਾਂ ਨੂੰ ਉਹਨਾਂ ਦੇ ਉਸਤਾਦ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਜੀ ਨੇ ਦਿੱਤਾ ਸੀ ਗੁਰਪ੍ਰੀਤ ਘੁੱਗੀ ਜੀ ਦੇ ਦੋ ਭਰਾ ਤੇ ਉਹਨਾਂ ਦਾ ਇੱਕ ਵੱਡਾ ਪਰਿਵਾਰ ਆ ਜਿਸ ਵਿੱਚ ਕੁੱਲ 14 ਮੈਂਬਰ ਆ ਗੁਰਪ੍ਰੀਤ ਘੁੱਗੀ ਦਾ ਵਿਆਹ ਬੀਬੀ ਕੁਲਜੀਤ ਕੌਰ ਨਾਲ ਹੋਇਆ ਤੇ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਉਹਨਾਂ ਦਾ ਬੇਟਾ ਬਹੁਤ ਹੀ ਵਧੀਆ ਕ੍ਰਿਕਟ ਦਾ ਪਲੇਅਰ ਆ ਤੇ ਉਹ ਆਪਣੀ ਗੇਮ ਨੂੰ ਬਹੁਤ ਪਿਆਰ ਕਰਦਾ ਇਸ ਲਈ ਉਹ ਕਾਫੀ ਮਿਹਨਤ ਵੀ ਕਰ ਰਿਹਾ ਤਾਂ ਜੋ ਉਹ ਇੱਕ ਦਿਨ ਦੇਸ਼ ਲਈ ਕ੍ਰਿਕਟ ਖੇਡ ਸਕੇ ਤੇ ਘੁੱਗੀ ਭਾਜੀ ਉਹਨਾਂ ਦੀ ਫੁੱਲ ਸਪੋਰਟ ਕਰਦੇ ਆ ਗੁਰਪ੍ਰੀਤ ਘੁੱਗੀ ਜੀ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਅਤੇ ਜਦੋਂ ਉਹ 10ਵੀਂ ਕਲਾਸ ਵਿੱਚ ਸੀ ਤਾਂ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਨਾਮ ਸਿੰਘ ਨੂੰ ਬਿਜ਼ਨਸ ਵਿੱਚ ਕਾਫੀ ਲਾਸ ਹੋ ਗਿਆ ਜਿਸ ਕਾਰਨ ਘਰ ਦੀ ਮਾਲੀ ਹਾਲਤ ਵੀ ਖਰਾਬ ਹੋ ਗਈ ਤੇ ਗੁਰਪ੍ਰੀਤ ਘੁੱਗੀ ਜੀ ਨੇ ਫਿਰ ਆਪਣੇ ਪਿਤਾ ਅਤੇ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਲਈ ਕੋਈ ਨੌਕਰੀ ਕਰਨ ਦਾ ਫੈਸਲਾ ਕੀਤਾ ਤੇ ਫਿਰ ਉਹਨਾਂ ਨੇ ਕਰਤਾਰਪੁਰ ਸਬ ਤਹਿਸੀਲ ਵਿਖੇ ਲੋਕਾਂ ਦੇ ਬਿਆਨੇ ਪ੍ਰਨੋਟ ਟਾਈਪ ਕਰਨੇ ਸ਼ੁਰੂ ਕੀਤੇ ਤੇ ਇੱਕ ਅਰਜੀ ਨਵੀਸ ਦੇ ਤੌਰ ਤੇ 2 ਸਾਲ ਸਿਰਫ 7 ਰੁਪਏ ਰੋਜ਼ਾਨਾ ਦੀ ਦਿਹਾੜੀ ਤੇ ਨੌਕਰੀ ਕੀਤੀ ਤੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਇਸ ਲਈ ਉਹਨਾਂ ਨੂੰ 10ਵੀਂ ਤੋਂ ਬਾਅਦ ਆਪਣੀ 11ਵੀਂ ਤੇ 12ਵੀਂ ਕਲਾਸ ਪ੍ਰਾਈਵੇਟ ਕਰਨੀ ਪਈ ਪਰ ਜਦੋਂ ਘੁੱਗੀ ਜੀ ਇੱਕ ਅਰਜੀ ਨਵੀਸ ਦੇ ਤੌਰ ਤੇ ਨੌਕਰੀ ਕਰਦੇ ਸਨ ਤਾਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਸਤਾਉਂਦੀ ਸੀ ਕਿ ਉਹਨਾਂ ਦਾ ਬਚਪਨ ਤੋਂ ਸੁਪਨਾ ਐਕਟਰ ਤੇ ਕਮੇਡੀਅਨ ਬਣਦਾ ਸੀ ਪਰ ਉਹ ਇੱਕ ਅਰਜੀ ਨਵੀਸ ਦੀ ਤੌਰ ਤੇ ਨੌਕਰੀ ਕਰ ਰਹੇ ਆ ਇਸ ਲਈ ਉਹਨਾਂ ਨੇ ਇਹ ਕੰਮ ਛੱਡਣ ਦਾ ਫੈਸਲਾ ਕੀਤਾ ਤੇ ਦੁਆਬਾ ਕਾਲਜ ਜਲੰਧਰ ਵਿਖੇ ਦਾਖਲਾ ਲੈ ਲਿਆ ਦੁਆਬਾ ਕਾਲਜ ਵਿੱਚ ਉਹਨਾਂ ਨੂੰ ਇਸ ਕੰਡੀਸ਼ਨ ਤੇ ਐਡਮਿਸ਼ਨ ਮਿਲ ਗਈ ਕਿ ਜੇਕਰ ਤੁਸੀਂ ਸਾਡੇ ਕਾਲਜ ਨੂੰ ਯੂਥ ਫੈਸਟੀਵਲ ਵਿੱਚ ਕਮੇਡੀ ਡਰਾਮਾ ਕੰਪੀਟੀਸ਼ਨ ਵਿੱਚ ਪੋਜੀਸ਼ਨ ਦਿਵਾਓਗੇ ਤਾਂ ਕਾਲਜ ਤੁਹਾਡੀ ਬੀਏ ਦੀ ਪੜ੍ਹਾਈ ਦੀ ਪੂਰੀ ਫੀਸ ਮਾਫ ਕਰ ਦੇਊਗਾ ਤੇ ਫਿਰ ਇਸੇ ਤਰ੍ਹਾਂ ਹੀ ਹੋਇਆ ਗੁਰਪ੍ਰੀਤ ਘੁੱਗੀ ਜੀ ਨੇ ਆਪਣੀ ਵਧੀਆ ਐਕਟਿੰਗ ਤੇ ਕਮੇਡੀ ਦੇ ਬਲ ਤੇ ਕਾਲਜ ਨੂੰ ਬਹੁਤ ਸਾਰੇ ਕੰਪੀਟੀਸ਼ਨ ਤੇ ਯੂਥ ਫੈਸਟੀਵਲਸ ਵਿੱਚ ਜਿਤਾਇਆ ਇਸ ਨਾਲ ਗੁਰਪ੍ਰੀਤ ਘੁੱਗੀ ਜੀ ਦਾ ਵੀ ਹੌਲੀ ਹੌਲੀ ਨਾਮ ਬਣ ਲੱਗ ਗਿਆ ਤੇ ਲੋਕ ਉਹਨਾਂ ਨੂੰ ਜਾਣਨ ਲੱਗ ਗਏ ਤੇ ਫਿਰ ਉਹਨਾਂ ਨੇ ਸਨ 1990 ਵਿੱਚ ਥੀਏਟਰਿਕਲ ਪਲੇਅਸ ਕਰਨੇ ਵੀ ਸ਼ੁਰੂ ਕੀਤੇ ਤੇ ਫਿਰ ਉਹਨਾਂ ਨੂੰ ਦੂਰਦਰਸ਼ਨ ਚੈਨਲ ਤੇ ਵੀ ਕੰਮ ਮਿਲਣ ਲੱਗ ਗਿਆ ਉਹ ਸਕਿੱਟ ਵੀ ਕਰਦੇ ਸੀ ਇਸ ਤੋਂ ਬਿਨਾਂ ਉਹਨਾਂ ਨੂੰ ਆਲ ਇੰਡੀਆ ਰੇਡੀਓ ਤੇ ਕੈਜ਼ੂਅਲ ਅਨਾਉਂਸਰ ਦੀ ਡਿਊਟੀ ਮਿਲ ਗਈ ਜਿਸ ਵਿੱਚ ਘੁੱਗੀ ਜੀ ਨੂੰ ਇੱਕ ਡਿਊਟੀ ਦੇ 200 ਰੁਪਏ ਮਿਲਦੇ ਸੀ ਤੇ ਉਹਨਾਂ ਨੂੰ ਇੱਕ ਮਹੀਨੇ ਵਿੱਚ 6 ਡਿਊਟੀਆਂ ਮਿਲ ਜਾਂਦੀਆਂ ਸਨ ਪਰ ਉਹਨਾਂ ਦੀ ਪਹਿਚਾਨ ਟੀਵੀ ਸੀਰੀਅਲ ਰੌਣਕ ਮੇਲਾ ਪਰਛਾਵੇਂ ਤੇ ਲੋਰੀ ਨਾਲ ਬਣੀ ਇਸ ਤੋਂ ਬਿਨਾਂ ਉਸ ਸਮੇਂ ਉਹਨਾਂ ਦੇ ਸ਼ੋਜ਼ ਘੁੱਗੀ ਐਕਸਪ੍ਰੈਸ ਘੁੱਗੀ ਆਨਲਾਈਨ ਵੀ ਹਿੱਟ ਰਹੇ ਸਨ ਜਿਨ੍ਹਾਂ ਨੇ ਗੁਰਪ੍ਰੀਤ ਘੁੱਗੀ ਜੀ ਦੇ ਕੈਰੀਅਰ ਨੂੰ ਅੱਗੇ ਵਧਣ ਵਿੱਚ ਮਦਦ ਕੀਤੀ ਗੁਰਪ੍ਰੀਤ ਘੁੱਗੀ ਜੀ ਦਾ ਫਿਲਮੀ ਸਫ਼ਰ ਸਨ 2004 ਵਿੱਚ ਆਈ ਫਿਲਮ ਜੀ ਆਇਆਂ ਨੂੰ ਨਾਲ ਸ਼ੁਰੂ ਹੋਇਆ ਇਸ ਫਿਲਮ ਵਿੱਚ ਘੁੱਗੀ ਜੀ ਨੇ ਇੱਕ ਟਰੈਵਲ ਏਜੰਟ ਦਾ ਰੋਲ ਕੀਤਾ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਇਹ ਫਿਲਮ ਸੁਪਰ ਹਿੱਟ ਰਹੀ ਤੇ ਗੁਰਪ੍ਰੀਤ ਘੁੱਗੀ ਦੇ ਕੈਰੀਅਰ ਨੂੰ ਇਸ ਫਿਲਮ ਨੇ 4 ਚੰਦ ਲਾ ਦਿੱਤੇ ਇਸ ਫਿਲਮ ਤੋਂ ਬਾਅਦ ਘੁੱਗੀ ਜੀ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਅਹਿਮ ਰੋਲ ਅਦਾ ਕੀਤੇ ਜੇ ਆਪਾਂ ਉਹਨਾਂ ਦੀਆਂ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਕੈਰੀ ਔਨ ਜੱਟਾ ਜੱਟ ਜੇਮਸ ਬੌਂਡ ਆਗੇ ਮੁੰਡੇ ਯੂਕੇ ਦੇ ਤੇ ਉਹਨਾਂ ਨੇ 2015 ਵਿੱਚ ਅਰਦਾਸ ਫਿਲਮ ਵਿੱਚ ਐਜ਼ ਏ ਹੀਰੋ ਕੰਮ ਕੀਤਾ ਇਹ ਫਿਲਮ ਸੁਪਰ ਹਿੱਟ ਰਹੀ ਇਸ ਤੋਂ ਬਿਨਾਂ ਗੁਰਪ੍ਰੀਤ ਘੁੱਗੀ ਨੇ ਸਿੰਘ ਇਜ਼ ਕਿੰਗ ਵਰਗੀਆਂ ਸੁਪਰ ਹਿੱਟ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਗੁਰਪ੍ਰੀਤ ਘੁੱਗੀ ਜੀ ਹੁਣ ਤੱਕ ਲਗਭਗ 57 ਫਿਲਮਾਂ ਵਿੱਚ ਕੰਮ ਕਰ ਚੁੱਕੇ ਆ ਤੇ ਉਹਨਾਂ ਦੀਆਂ ਹੁਣ ਤੱਕ 12 ਕਾਮੇਡੀ ਆਡੀਓ ਕੈਸਟਾਂ ਵੀ ਆ ਚੁੱਕੀਆਂ
ਤੇ ਇਸ ਤੋਂ ਬਿਨਾ ਉਹਨਾਂ ਦੀਆਂ 10 ਵੀਡੀਓ ਸੀਰੀਜ਼ ਵੀ ਆਈਆਂ। ਜੇ ਆਪਾਂ ਅੱਜ ਦੇ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਗੁਰਪ੍ਰੀਤ ਘੁੱਗੀ ਤੋਂ ਬਿਨਾ ਕੋਈ ਵੀ ਪੰਜਾਬੀ ਫਿਲਮ ਅਧੂਰੀ ਲੱਗਦੀ ਆ ਤੇ ਜਿਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ ਜੀ ਹੁੰਦੇ ਆ ਉਸ ਫਿਲਮ ਦੇ ਹਿੱਟ ਹੋਣ ਦੇ ਚਾਂਸ ਵੀ ਦੁੱਗਣੇ ਹੋ ਜਾਂਦੇ ਆ। ਗੁਰਪ੍ਰੀਤ ਘੁੱਗੀ ਜੀ ਨੂੰ ਬਹੁਤ ਸਾਰੇ ਅਵਾਰਡਸ ਵੀ ਮਿਲ ਚੁੱਕੇ ਆ ਤੇ ਉਹਨਾਂ ਨੂੰ ਕਈ ਫਿਲਮਾਂ ਲਈ PTC ਅਵਾਰਡਸ ਵੀ ਮਿਲੇ ਆ। ਇਸ ਤੋਂ ਬਿਨਾ ਉਹਨਾਂ ਨੂੰ 2015 ਵਿੱਚ ਆਈ ਫਿਲਮ ਅਰਦਾਸ ਲਈ ਫਿਲਮ ਫੇਅਰ ਅਵਾਰਡ ਵੀ ਮਿਲਿਆ। ਦੋਸਤੋ ਆਪਾਂ ਤਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਾਂਗੇ ਕਿ ਗੁਰਪ੍ਰੀਤ ਘੁੱਗੀ ਜੀ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹਿਣ ਤੇ ਲੋਕਾਂ ਦਾ ਆਪਣੀ ਵਧੀਆ ਐਕਟਿੰਗ, ਚੰਗੀਆਂ ਫਿਲਮਾਂ ਤੇ ਸਾਫ਼ ਸੁਥਰੀ ਕਮੇਡੀ ਨਾਲ ਮਨੋਰੰਜਨ ਕਰਦੇ ਰਹਿਣ ਤੇ ਲੋਕਾਂ ਨੂੰ ਹਸਾਉਂਦੇ ਰਹਿਣ। ਜੇ ਤੁਸੀਂ ਗੁਰਪ੍ਰੀਤ ਘੁੱਗੀ ਜੀ ਦੇ ਫੈਨ ਹੋ ਤਾਂ ਕਮੈਂਟ ਕਰਕੇ ਇਹ ਜ਼ਰੂਰ ਦੱਸਿਓ ਕਿ ਤੁਹਾਨੂੰ ਗੁਰਪ੍ਰੀਤ ਘੁੱਗੀ ਜੀ ਦੀ ਕਿਹੜੀ ਫਿਲਮ ਸਭ ਤੋਂ ਜ਼ਿਆਦਾ ਪਸੰਦ ਆ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ। ਇਸ ਨਾਲ ਸਾਨੂੰ ਹੋਰ ਵਧੀਆ ਵਧੀਆ ਵੀਡੀਓ ਬਣਾਉਣ ਦਾ ਹੌਸਲਾ ਮਿਲਦਾ। ਇਸ ਵੀਡੀਓ ਨੂੰ ਆਪਣੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਗੁਰਪ੍ਰੀਤ ਘੁੱਗੀ ਜੀ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ। ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋੜੀ ਹੋਈ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਦੇ ਨਾਲ ਜੋ ਬੈਲ ਦਾ ਆਈਕਨ ਆ ਰਿਹਾ ਉਸ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇਹਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ। ਮਿਲਦੇ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ। ਸਤਿ ਸ਼੍ਰੀ ਅਕਾਲ ਜੀ।